ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਦੇ ਨਾਲ 1 ਜੂਨ 1984 ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਕੀ ਕੁਝ ਵਾਪਰਿਆ ਸੀ ਉਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਅਤੇ ਅਗਲੀਆਂ ਵੀਡੀਓਜ਼ ਦੇ ਵਿੱਚ 6 ਜੂਨ ਤੱਕ ਇਤਿਹਾਸ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। 1 ਜੂਨ 1984 ਨੂੰ ਸਵੇਰੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਉੱਤਰ ਵਾਲੇ ਪਾਸੇ ਦੇ ਨਾਲ ਲੱਗਦੀ ਦਰਬਾਰ ਸਾਹਿਬ ਦੀ ਥਾਂ ਦੇ ਵਿੱਚ ਬ੍ਰਹਮ ਬੂਟਾ ਅਖਾੜੇ ਦੇ ਬਾਜ਼ਾਰ ਵੱਲੋਂ ਪੈਂਦੇ ਲਾਂਘੇ ਨੂੰ ਬੰਦ ਕਰਨ ਦੇ ਲਈ ਦੀਵਾਰ ਕਰਨਾ ਚਾਹੁੰਦੇ ਸਨ, ਜਿਸ ਕਰਕੇ ਰਾਜ ਮਿਸਤਰੀ ਅਤੇ ਮਜ਼ਦੂਰ ਲਗਾ ਰੱਖੇ ਹੋਏ ਸਨ। ਪਰ ਬ੍ਰਹਮ ਬੂਟਾ ਬਾਜ਼ਾਰ ਦੇ ਵਿੱਚ ਤਾਇਨਾਤ CRPF ਦੀ ਗਾਰਦ ਆਪਣੇ ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਇਸ ਲਾਂਘੇ ਰਾਹੀਂ ਉੱਤਰੀ ਦਰਸ਼ਨੀ ਡਿਊੜੀ ਅਰਥਾਤ ਚੌਂਕ ਘੰਟਾਘਰ ਤੱਕ ਸਰਕਾਰੀ ਫੋਰਸਾਂ ਦੀ ਗਸਤ ਨੂੰ ਜਾਰੀ ਰੱਖਣ ਦੇ ਮਨੋਰਥ ਦੇ ਨਾਲ ਉਹਨਾਂ ਨੇ ਦੀਵਾਰ ਦੀ ਉਸਾਰੀ ਕਰਨ ਤੋਂ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਜਦ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਉਸ ਲਾਂਘੇ ਨੂੰ ਬੰਦ ਕਰਨ ਦੇ ਮਨੋਰਥ ਦੇ ਨਾਲ ਰਾਜ ਮਿਸਤਰੀਆਂ ਅਤੇ ਮਜ਼ਦੂਰਾਂ ਨੂੰ ਉਸਾਰੀ ਦਾ ਕੰਮ ਜਾਰੀ ਰੱਖਣ ਦੇ ਲਈ ਕਿਹਾ ਤਾਂ CRPF ਦੇ ਸਿਪਾਹੀਆਂ ਨੇ ਉਹਨਾਂ ਵੱਲ ਆਪਣੀਆਂ ਰਾਈਫਲਾਂ ਸੇਧ ਦਿੱਤੀਆਂ ਅਤੇ ਫਿਰ ਕੰਪਲੈਕਸ ਦੇ ਉੱਪਰੋਂ ਦੀ ਫਾਇਰਿੰਗ ਸ਼ੁਰੂ ਕਰ ਦਿੱਤੀ। ਅਸਲ ਦੇ ਵਿੱਚ ਇਹ ਕੰਪਲੈਕਸ ਦੇ 4 ਚੁਫੇਰੇ ਮੋਰਚਾਬੰਦੀ ਕਰੀ ਬੈਠੇ ਪੈਰਾਮਿਲਟਰੀ ਫੋਰਸ ਦੇ ਅਧਿਕਾਰੀਆਂ ਦੀ ਇੱਕ ਗਿਣੀ ਮਿੱਥੀ ਹੋਈ ਸਰਕਾਰੀ ਉਸ ਸਮੇਂ ਸਾਜ ਸੀ ਅਤੇ ਦਰਬਾਰ ਸਾਹਿਬ ਕੰਪਲੈਕਸ 'ਤੇ ਫਾਇਰਿੰਗ ਖੋਲ੍ਹ ਦੇਣ ਦਾ ਇੱਕ ਖੁੱਲ੍ਹਾ ਸਿਗਨਲ ਸੀ। ਦਰਬਾਰ ਸਾਹਿਬ ਕੰਪਲੈਕਸ ਉੱਪਰ ਚੌਂ ਪਾਸਿਆਂ ਤੋਂ ਹੀ ਅਚਨਚੇਤ ਫਾਇਰਿੰਗ ਸ਼ੁਰੂ ਹੋ ਜਾਣ ਦੇ ਕਾਰਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਹੋਏ ਵਾਸਤੇ ਆਈਆਂ ਹੋਈਆਂ ਸੰਗਤਾਂ ਵਿੱਚ ਭੱਜ ਦੌੜ ਮੱਚ ਗਈ ਸੀ ਅਤੇ ਬੱਚਿਆਂ ਅਤੇ ਬੀਬੀਆਂ ਲਈ ਗੋਲੀਆਂ ਦੀ ਇਹ ਵਰਖਾ ਭਾਰੀ ਘਬਰਾਹਟ ਦਾ ਕਾਰਨ ਬਣੀ ਹੋਈ ਸੀ। ਇਸ ਲਈ ਸੰਗਤਾਂ ਦਾ ਕੰਪਲੈਕਸ ਤੋਂ ਬਾਹਰ ਜਾਣਾ ਤਾਂ ਕਿ ਕੰਪਲੈਕਸ ਦੇ ਵਿੱਚ ਹੀ ਅੱਗੇ ਕਦਮ ਰੱਖਣਾ ਵੀ ਮੁਸ਼ਕਲ ਉਸ ਸਮੇਂ ਬਣਿਆ ਹੋਇਆ ਸੀ, ਜਿਸ ਕਰਕੇ ਉਹ ਜਿੱਥੇ ਜਿੱਥੇ ਵੀ ਸਨ ਉੱਥੇ ਉੱਥੇ ਹੀ ਲਾਗੇ ਬਣੇ ਕਮਰਿਆਂ ਬਰਾਂਡਿਆਂ ਅਤੇ ਥੋੜ੍ਹੀਆਂ ਬਹੁਤ ਮਹਿਫੂਜ਼ ਥਾਵਾਂ 'ਤੇ ਇੱਧਰ ਉੱਧਰ ਹੋ ਕੇ ਬਹਿ ਖਲੋ ਗਈਆਂ ਸਨ। ਜਿਸ ਵੇਲੇ ਫੌਜੀ ਬਲਾਂ ਵਿੱਚ ਉਹ ਗੋਲੀਆਂ ਚਲਾਈਆਂ ਉਸ ਸਮੇਂ ਸੰਤ ਪਿੰਡਰਾਂ ਵਾਲੇ ਜਥੇ ਦੇ ਸਿੰਘਾਂ ਅਤੇ ਕੁਝ ਆਮ ਸੰਗਤਾਂ ਸਮੇਤ ਗੁਰੂ ਰਾਮਦਾਸ ਲੰਗਰ ਦੀ ਉੱਪਰਲੀ ਛੱਤ 'ਤੇ ਮੌਜੂਦ ਸਨ, ਜਿੱਥੇ ਆਮ ਤੌਰ 'ਤੇ ਰੋਜ਼ਾਨਾ ਹੀ ਬੈਠ ਕੇ ਸੰਗਤਾਂ ਦੇ ਨਾਲ ਖੁੱਲ੍ਹੀਆਂ ਵਿਚਾਰਾਂ ਕਰਦੇ ਸਨ। ਇਸ ਗੱਲ ਤੋਂ ਸਹਿਜ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਦਰਬਾਰ ਸਾਹਿਬ ਉੱਪਰ ਕੀਤੀ ਗਈ ਫੌਜੀ ਕਾਰਵਾਈ ਇੱਕ ਤਰਫਾ ਸੀ ਅਤੇ ਬਿਨਾਂ ਕਿਸੇ ਪ੍ਰਕਾਹਟ ਜਾਂ ਵਿਸ਼ੇਸ਼ ਕਾਰਨ ਤੋਂ ਕੀਤੀ ਗਈ ਸੀ। ਸੰਤ ਸਿੰਘਾਂ ਸਮੇਤ ਗੁਰੂ ਰਾਮਦਾਸ ਲੰਗਰ ਤੋਂ ਉਤਰ ਕੇ ਵਿਚਕਾਰਲੀ ਮੰਜ਼ਿਲ 'ਤੇ ਆ ਗਏ ਅਤੇ ਬਹੁਤ ਸਾਰੇ ਸਿੰਘ ਆਪੋ ਆਪਣੇ ਮੋਰਚਿਆਂ 'ਚ ਪਹੁੰਚ ਗਏ ਸੀ। CRPF ਵੱਲੋਂ ਉਹਨਾਂ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ ਮੁਤਾਬਕ ਪਹਿਲਾਂ ਲੰਗਰ ਗੁਰੂ ਰਾਮਦਾਸ ਦੀ ਇਮਾਰਤ ਨੂੰ ਮੁੱਖ ਨਿਸ਼ਾਨਾ ਇਸ ਲਈ ਬਣਾਇਆ ਕਿ ਸੰਤ ਪਿੰਡਰਾਂ ਵਾਲਿਆਂ ਨੂੰ ਇੱਥੇ ਹੀ ਘੇਰਨ ਦੇ ਲਈ ਇੱਥੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਾਣ ਵਾਲੇ ਰਸਤੇ ਪੂਰੀ ਤਰ੍ਹਾਂ ਜਾਮ ਕਰ ਦਿੱਤੇ ਜਾਣ। ਇਸ ਲਈ ਗੁਰੂ ਰਾਮਦਾਸ ਲੰਗਰ ਹਾਲ ਇਮਾਰਤ ਦੇ ਨਾਲ ਨਾਲ ਸ਼੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਅਤੇ ਬਰਾਂਡਿਆਂ ਦੇ ਵਿੱਚ 4 ਚੁਫੇਰਿਓਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ, ਪਰ ਸਿੰਘਾਂ ਨੇ ਬਹੁਤ ਸੂਝਬੂਝ ਦੇ ਨਾਲ CRPF ਦੀ ਯੋਜਨਾ ਨੂੰ ਸਫਲ ਨਾ ਹੋਣ ਦਿੱਤਾ, ਬਲਕਿ ਸੰਤ ਪਿੰਡਰਾਂ ਵਾਲੇ 35-40 ਸਿੰਘਾਂ ਸਮੇਤ ਪ੍ਰਕਰਮਾ ਦੇ ਬਰਾਂਡਿਆਂ ਵਿੱਚ ਦੀ ਕਮਰਿਆਂ ਦੇ ਨਾਲ ਨਾਲ ਹੁੰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਚਲੇ ਗਏ। ਇਹ ਵੀ ਇੱਕ ਵੱਖਰਾ ਹੀ ਦ੍ਰਿਸ਼ ਸੀ ਕਿ ਇੱਕ ਪਾਸੇ ਫੌਜੀ ਦਲਾਂ ਵੱਲੋਂ ਮੀਂਹ ਵਾਂਗ ਗੋਲੀਆਂ ਦੀ ਵਰਖਾ ਕੀਤੀ ਜਾ ਰਹੀ ਸੀ ਅਤੇ ਦੂਜੇ ਪਾਸੇ ਡਰ ਭੈ ਤੋਂ ਰਹਿਤ ਅਡੋਲ ਅਤੇ ਸਹਿਜ ਅਵਸਥਾ ਦੇ ਵਿੱਚ ਆਮ ਵਾਂਗ ਖੁੱਲ੍ਹੇ ਖੁੱਲ੍ਹੇ ਕਦਮੀ ਸੰਤ ਸਿੰਘਾਂ ਦੇ ਸਮੇਤ ਤੁਰੇ ਜਾਂਦਿਆਂ ਹੀ ਕੁਝ ਜ਼ਰੂਰੀ ਨੁਕਤੇ ਦੇ ਨਾਲ ਦੇ ਸਿੰਘਾਂ ਨੂੰ ਦੱਸਦੇ ਜਾ ਰਹੇ ਸਨ। ਉਹਨਾਂ ਨੇ ਇਹ ਵੀ ਕਿਹਾ ਕਿ ਮੋਰਚਿਆਂ ਵਿੱਚ ਮੌਜੂਦ ਸਿੰਘਾਂ ਨੂੰ ਸਭ ਪਾਸੇ ਹਦਾਇਤ ਕੀਤੀ ਜਾਵੇ ਕਿ ਅੱਜ ਫੌਜ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਦਾ ਕਿਸੇ ਵੱਲੋਂ ਵੀ ਜਵਾਬੀ ਫਾਇਰ ਨਾ ਕੀਤਾ ਜਾਵੇ, ਪਰ ਜੇ CRPF ਜਾਂ ਹੋਰ ਭਾਰਤੀ ਫੌਜਾਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖਲ ਹੋਣ ਲਈ ਅੱਗੇ ਵਧਣ ਤਾਂ ਹੀ ਗੋਲੀ ਚਲਾਉਣੀ ਹੈ। ਤਾਂ ਭਾਈ ਸੁਜਾਨ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਹਦਾਇਤਾਂ ਪਹਿਲਾਂ ਵੀ ਜਨਰਲ ਸਵੇਕ ਸਿੰਘ ਵੱਲੋਂ ਸਿੰਘਾਂ ਨੂੰ ਕੀਤੀਆਂ ਹੋਈਆਂ ਸਨ। ਸਾਂਤਾ ਨੇ ਕਿਹਾ ਕਿ ਫਿਰ ਵੀ ਇੱਕ ਵਾਰ ਇਹ ਸੰਦੇਸ਼ ਸਭ ਸਿੰਘਾਂ ਤੱਕ ਦੁਬਾਰਾ ਪਹੁੰਚਾ ਦਿਓ, ਪਰ ਸੁਚੇਤ ਰੂਪ ਦੇ ਵਿੱਚ ਤਿਆਰ ਵਰ ਤਿਆਰ ਰਹਿਣ। ਅਜਿਹੇ ਵਿਚਾਰ ਕਰਦਿਆਂ ਸੰਤ ਸਿੰਘਾਂ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਤੇ ਜਨਰਲ ਸਮੇਕ ਸਿੰਘ ਸਮੇਤ ਕੁਝ ਸਿੰਘਾਂ ਨੂੰ ਜ਼ਰੂਰੀ ਵਿਚਾਰਾਂ ਕਰਨ ਦੇ ਲਈ ਇੱਥੇ ਪਹੁੰਚਣ ਦੇ ਲਈ ਕਿਹਾ। ਦੂਜੇ ਪਾਸੇ ਫੌਜੀ ਦਲਾਂ ਦੀ ਵੀ ਇਹ ਮਨਸਾ ਸੀ ਕਿ ਸਿੰਘ ਜਵਾਬੀ ਫਾਇਰਿੰਗ ਕਰਨ ਤਾਂ ਕਿ ਉਹਨਾਂ ਨੂੰ ਵੱਖ ਵੱਖ ਥਾਵਾਂ ਦੇ ਮੋਰਚਿਆਂ ਬਾਰੇ ਅਤੇ ਅੰਦਰ ਸਿੰਘਾਂ ਕੋਲ ਕਿਸ ਕਿਸ ਕਿਸਮ ਦੇ ਹਥਿਆਰ ਨੇ ਇਸ ਬਾਰੇ ਜਾਣਕਾਰੀ ਮਿਲ ਸਕੇ। ਉਹਨਾਂ ਇਹ ਸੋਚ ਕੇ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਹਵਾਈ ਫਾਇਰਿੰਗ ਦਾ ਅੱਗੋਂ ਜਵਾਬ ਨਹੀਂ ਮਿਲ ਰਿਹਾ। ਇਸ ਲਈ ਸ਼ਾਮ 4 ਵਜੇ ਤੋਂ ਬਾਅਦ ਫੌਜੀ ਅਫਸਰਾਂ ਵੱਲੋਂ ਮਿਲੇ ਸੰਦੇਸ਼ ਮੁਤਾਬਕ ਕੁਝ ਮੋਰਚਿਆਂ ਤੋਂ ਸੰਗਤਾਂ
उपर सीधी फायरिंग की गई है। श्री हरिमंदर साहब वाल सीधिया गोलियां चलाईया गई। इस समुची कार्रवाई के दौरान संत भिंडरां वाले जनरल सुवेक सिंह उन्होंने साथी सबका फौजी टकसाल के फैडरेशन के सिंह जिन्हों जनरल सुवेक सिंह ने विशेष तौर पर फौजी सिखलाई दी सी पूरे ध्यान के नाल फौजी मोर्चियां का फौज वालों चल रहे हथियारों का उन्होंने युद्ध नीति का डूंगा निरीक्षण करते रहे। शाम 7 बजे तक फौज वालों गोली चलती रही जिस नाल 9 सिख श्रद्धालुओं समेत बाबे खालसा जथेबंदी का जिम्मेवार मैंबर भाई महंगा सिंह ते भाई राम सिंह यूपी विद्यार्थी दमदमी टकसाल भी शहीद हो गए। अज की समुची कार्रवाई तो फौजी अफसर ते जरनैलों को भारी निराशा हुई क्योंकि उन्होंने सोच सी कि अज की गोलाबारी के नाल कंपलैक्स के अंदर भारी हफरा तफड़ी मचेगी कि संत भिंडरां वाले जथे के सिंघां वालों अंधाधुंध जवाबी फायरिंग होगी। पर अजिहा कुछ भी ना होया। छत्तां उपर प्रतख दिखण वाले मोर्चियां तो इलावा फौज के नज़री होर कुछ भी ना पिया। हालांकि इस 7 घंटे की फायरिंग दौरान फौज के हैलीकॉप्टर कंपलैक्स के उपर आले दुआले चक्कर लाते भी वेखे गए। इस तो अगली बदलवी कार्रवाई तद ही संभव हो सकती सी जे फौजी जरनैलों के मनसूबा मुताबक मंत पूरा होंदा। पर सिंघां दीआं बंदूकां शांत रहन कारण भारतीय फौजां दे उस समय पल्ले कुछ ना पिया। दूजे पासे संत जी अते उनां दे साथी सिंघां ने अज दी गोलाबारी तो अपनी रणनीति अंदर कई लोड़ीदियां तब्दीलियां करनियां तय कर लईआं अते इस संबंधी उनां अगली रणनीति नूं अंजाम देण दा फैसला किया कि छत्ता उपर बने हुए मोर्चियां दा फौज ने हैलीकॉप्टर का ही निरीक्षण कर लिया सी। इसलिए ये मोर्चे इसे तरह कायम रहन दिते गए पर इन्हां दा बदलावा रूप इस तो हेठलियां छत्तां अते लोकमय स्थानां उपर बने मोर्चियां नूं होर मजबूती देण लई रातों रात प्रबंध कर लिया गया। फौज वालों की गई गोलाबारी अते इस दौरान 11 सिख श्रद्धालुओं के शहीद हो जाण दीआं खबरां ने सिख जगत के अंदर भारी रोस की लहर पैदा कर दी। श्री अमृतसर शहर के निवासी सिख परिवारों व्यापारक दुकानदारों ते सिख कर्मचारियों ने फौज वालों श्री दरबार साहब उपर की गोलाबारी बारे टैलीफोना राही दूर दूर तक जानकारी दी। इस तरह कुछ अखबारों ने भी इस घटना को सुर्खियों के रूप में छापिया। पंजाब तो बाहर बैठे जिम्मेवार सिखां वालों संतां दे पीए भाई रछवाल सिंह अते फैडरेशन के प्रधान भाई अमरीक सिंह भी लगातार फोन आते रहे अते ओ 1 जून नूं वापरी सारी घटना बारे जानकारी संगतां नूं देंदे रहे। कई सिख विशेष तौर पर संत भिंडरां वालियां नाल भी गलबात करदे तां संत यही कहिंदे कि असां तां अज तों कई महीने पहलां ही गल कह रहे हैं कि केंद्र सरकार की नीयत माड़ी है अते ओ किसी समय भी सिखां दे केंद्रीय स्थान श्री दरबार साहब ते हमला कर सकती है। सो अज ये हमला शुरू कर दिता गया है। बाकी इत्थे सब सिंह चढ़दी कला दे विच ने मीरी पीरी दे मालिक साहिब श्री गुरु हरगोबिंद साहिब जी की कृपा दे नाल हमलावर भारतीय फौजां दा मूँह तोड़वा जवाब देवांगे। हनेरा होण तक शहीद होए श्रद्धालुओं दीआं लाशां गुरु रामदास राह दे सामने रखियां गईआं जिथे संगतां वड्डी गिणती इकट्ठिया हुई। वेखण वाला हर श्रद्धालु इस तरह महसूस कर रहा है जिस तरह इन्हां शरीरां चों निकल रहा खून साढ़े अपने जिस्म दे विच बग रहा होवे। सभना दे मना दे विच इन्हां शहीदां प्रति हमदर्दी अते सरकार प्रति गुस्सा देखा जा सकता सी। एक सरड़ी सिंह दिलासा दे रहा सी कि शहीदां दा खून कदे अजाई नहीं जांदा। भारत सरकार ने श्री हरिमंदर साहिब ते सीधियां गोलियां मार के सिख कौम की अणख नूं बंगा रहा है। अजिहे विखड़े समय कौम ने पहला भी चले हैं पर जिसने भी गुरुदरबार उपर हमला किया है बचिया उसका कख नहीं। इस तरह भरे मन के नाल इस सिंह ने होर भी बहुत सारे इस तरह के बचन किए। देर रात तक जिन्हां सिंघां की पहचान हो सकी उन्होंने शरीर थाओं थाई भेज दिए गए। भाई महंगा सिंह भाई राम सिंह यूपी समेत 3 सिंघां का संस्कार इतने ही कर दिया गया। इधर तेजा सिंह समुद्री हाल विखे संत हरचंद सिंह लौंगोवाल जथेदार गुरचरण सिंह टोड़ा बलवंत सिंह रामोवालिया सरदार भान सिंह ते होर भी काफ़ी श्रोमणी गुरुद्वारा प्रबंधक कमेटी के कर्मचारी मौजूद सन जो श्री हरिमंदर साहब विच बजियां गोलियां शहीद अते जख्मी हुए शरदालु सिखां बारे इस समुचे घटनाक्रम के संबंध विच राष्ट्रपति भवन अते प्रधानमंत्री दफ्तर के नाल गलबात करन दी असफल कोशिश करते रहे। सरदार बलवंत सिंह रामूवालिया जो रोजाना ही केंद्र सरकार अते अकाली दल विचकार गलबात की कड़ी का रूप बनिया रहिंदा सी उसकी भी कोई पेश ना गई। देर रात गए जिस समय कंपलैक्स के वख-वख हिस्सों में संगतां दीआं सरगर्मियां दीआं
ਵੱਖਰੀਆਂ ਵੱਖਰੀਆਂ ਹਿਲਜੁਲਣਾਂ ਸਨ। ਇੱਕ ਪਾਸੇ ਧਰਮਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਦੇਣ ਆਇਆ ਜਥਾ ਜੋ ਸੰਗਰੂਰ ਜ਼ਿਲ੍ਹੇ ਤੋਂ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚਿਆ ਸੀ। ਕੁਝ ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਦਰਸ਼ਨ ਇਸ਼ਨਾਨ ਅਤੇ ਸੇਵਾ ਲਈ ਪਹੁੰਚੀਆਂ ਹੋਈਆਂ ਸਨ ਅਤੇ ਦੂਜੇ ਪਾਸੇ ਸੰਤ ਭਿੰਡਰਾਂਵਾਲੇ ਦੇ ਜਥੇ ਦੇ ਸਿੰਘ ਫੈਡਰੇਸ਼ਨ ਦੇ ਨੌਜਵਾਨ ਬਬਰ ਖਾਲਸਾ ਜਥੇਬੰਦੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਆਦਿ ਦੀ ਆਪੋ ਆਪਣੀ ਸੋਚ ਅਤੇ ਸਰਗਰਮੀ ਸੀ। ਇਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਫੈਡਰੇਸ਼ਨ ਅਤੇ ਟਕਸਾਲ ਦੇ ਕੁਝ ਚੋਣਵੇਂ ਸਿੰਘ ਜਨਰਲ ਸੁਵੇਗ ਸਿੰਘ ਸਮੇਤ ਕੁਝ ਸਾਬਕਾ ਫੌਜੀ ਸਿੰਘ ਜ਼ਰੂਰ ਸਲਾਹ ਮਸ਼ਵਰਾ ਕਰਨ ਦੇ ਖਿਆਲ ਦੇ ਨਾਲ ਸੰਤਾਂ ਕੋਲ ਪਹੁੰਚੇ ਅਤੇ ਉੱਪਰ ਖੁੱਲ੍ਹੇ ਹਾਲ ਦੇ ਵਿੱਚ ਵੀ ਫਤਿਹ ਬੁਲਾ ਕੇ ਸੰਤਾਂ ਕੋਲ ਬੈਠ ਗਏ। ਸੰਤ ਉਹਨਾਂ ਸਿੰਘਾਂ ਨੂੰ ਤਿਆਰ ਵਰ ਤਿਆਰ ਅਤੇ ਪੂਰੇ ਜਾਹੋ ਜਲਾਲ ਦੇ ਵਿੱਚ ਵੇਖ ਕੇ ਉਹਨਾਂ ਦੇ ਚਿਹਰਿਆਂ ਤੋਂ ਨਜ਼ਰ ਮਾਰਦੇ ਕਹਿਣ ਲੱਗੇ, ਸਿੰਘੋ, ਮੈਨੂੰ ਹੁਣੇ ਹੁਣੇ ਪਤਾ ਲੱਗਾ ਹੈ ਕਿ ਸਰਕਾਰ ਨੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਨ ਦਾ ਫੈਸਲਾ ਕਰ ਦਿੱਤਾ ਹੈ। ਮੇਰੀ ਜਾਣਕਾਰੀ ਦੇ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਉੱਪਰ ਕਿਸੇ ਸਮੇਂ ਵੀ ਹਮਲਾ ਹੋ ਸਕਦਾ ਹੈ, ਇਸ ਲਈ ਹੁਣ ਪੂਰੀ ਤਰ੍ਹਾਂ ਤਿਆਰ ਵਰ ਤਿਆਰ ਰਹਿਣਾ, ਕਿਉਂਕਿ ਅਸੀਂ ਆਪਣੇ ਇਤਿਹਾਸਕ ਵਿਰਸੇ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਉੱਪਰ ਹਮਲਾਵਰ ਹੋਣ ਵਾਲੇ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰ ਸਕਦੇ, ਕਿਉਂਕਿ ਸ਼੍ਰੀ ਦਰਬਾਰ ਸਾਹਿਬ ਸਾਨੂੰ ਜਿੰਦ ਜਾਨ ਨਾਲੋਂ ਵੀ ਵੱਧ ਪਿਆਰਾ ਹੈ। ਭਾਰਤ ਸਰਕਾਰ ਆਪਣੀ ਤਾਕਤ ਦੇ ਹੰਕਾਰ ਨਾਲ ਸਿੱਖ ਕੌਮ ਨੂੰ ਆਪਣੀ ਈਨ ਮਨਾਉਣ ਦੇ ਲਈ ਅਜਿਹਾ ਕੁਝ ਕਰ ਰਹੀ ਹੈ। ਗੁਰੂ ਸਾਹਿਬਾਨਾਂ ਅਤੇ ਗੁਰੂ ਕੇ ਸਿੰਘਾਂ ਦਾ ਇਹ ਸਿਧਾਂਤ ਰਿਹਾ ਹੈ ਕਿ ਪਹਿਲਾਂ ਕਿਸੇ ਉੱਪਰ ਹਮਲਾਵਰ ਨਹੀਂ ਹੋਣਾ। ਇਸੇ ਸਿਧਾਂਤ ਦੀ ਸੇਧ ਵਿੱਚ ਅੱਜ ਆਪਾਂ ਸਬਰ ਰੱਖਿਆ ਹੈ। ਭਾਰਤੀ ਫੌਜਾਂ ਨੇ 7 ਘੰਟੇ ਅੰਧਾ ਧੁੰਦ ਗੋਲੀ ਚਲਾਈ, ਸ਼੍ਰੀ ਹਰਿਮੰਦਰ ਸਾਹਿਬ ਉੱਪਰ ਗੋਲੀਆਂ ਵੱਜੀਆਂ, 11 ਸਿੱਖ ਸ਼ਰਧਾਲੂ ਸ਼ਹੀਦ ਹੋਏ। ਇਸ ਦੇ ਬਾਵਜੂਦ ਤੁਸੀਂ ਸਭਨਾਂ ਨੇ ਜਾਬਤੇ ਦੇ ਵਿੱਚ ਰਹਿ ਕੇ ਸਿੱਖ ਸਿਧਾਂਤਾਂ ਦੀ ਪਾਲਣਾ ਕਰਦਿਆਂ ਅੱਗੋਂ ਜਵਾਬੀ ਗੋਲੀਆਂ ਨਹੀਂ ਚਲਾਈਆਂ, ਪਰ ਸਿੱਖ ਕੌਮ ਨੇ ਇਹਨਾਂ ਹੰਕਾਰੀ ਲੋਕਾਂ ਤੋਂ ਇੱਕ ਇੱਕ ਗੱਲ ਦਾ ਜਵਾਬ ਲੈਣਾ ਹੈ ਕਿ ਇਹ ਦੱਸ ਸਕਣਗੇ ਕਿ ਸ਼੍ਰੀ ਦਰਬਾਰ ਸਾਹਿਬ 'ਤੇ ਗੋਲੀਆਂ ਕਿਉਂ ਚਲਾਈਆਂ, ਸਿੰਘ ਕਿਉਂ ਸ਼ਹੀਦ ਕੀਤੇ। ਇਹਨਾਂ ਕੋਲੋਂ ਇਹ ਜਵਾਬ ਲੈਣ ਦਾ ਸਮਾਂ ਵੀ ਜ਼ਰੂਰ ਆਵੇਗਾ, ਪਰ ਹੁਣ ਹਾਲਾਤ ਮੁਤਾਬਕ ਤੁਸੀਂ ਸਾਰੇ ਸਿੰਘ ਤਿਆਰੀ ਕਰੋ। ਇਸੇ ਦੌਰਾਨ ਭਾਈ ਰਾਮ ਸਿੰਘ ਰਾਗੀ, ਭਾਈ ਸੁਰਜੀਤ ਸਿੰਘ ਰਾਗੀ ਸੰਤਾਂ ਕੋਲ ਆਏ ਅਤੇ ਉਹਨਾਂ ਦੱਸਿਆ ਕਿ ਹੁਣੇ ਹੀ ਰੇਡੀਓ 'ਤੇ ਖਬਰ ਆਈ ਹੈ ਕਿ ਸਾਰੇ ਪੰਜਾਬ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਉਹਨਾਂ ਤੋਂ ਇਹ ਗੱਲ ਸੁਣ ਕੇ ਸੰਤਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੋਝੇ ਮਨਸੂਬਿਆਂ ਤੋਂ ਆਪਾਂ ਨੂੰ ਕੋਈ ਭੁਲੇਖਾ ਨਹੀਂ, ਪਰ ਕੋਈ ਫਿਕਰ ਨਾ ਕਰੋ, ਗੁਰੂ ਸਾਹਿਬ 'ਤੇ ਭਰੋਸਾ ਰੱਖ ਕੇ ਦ੍ਰਿੜਤਾ ਦੇ ਨਾਲ ਡਟ ਜਾਓ ਕਿ ਜਿਉਂਦੇ ਜੀ ਹਮਲਾਵਰ ਫੌਜਾਂ ਨੂੰ ਪਵਿੱਤਰ ਪਰਿਕਰਮਾ ਦੇ ਵਿੱਚ ਪੈਰ ਨਹੀਂ ਪਾਉਣ ਦੇਵਾਂਗੇ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਉਹ ਸਮਾਂ ਆਉਣ ਪਹੁੰਚਿਆ ਹੈ ਜਬ ਆਪ ਕਿਉਂ ਦੇ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਆਪਾਂ ਉਸ ਗੁਰੂ ਦੇ ਪੁੱਤਰ ਹਾਂ ਜਿਸ ਦੇ ਨਾਲ ਕੇਵਲ 40 ਸਿੰਘ ਚਮਕੌਰ ਦੀ ਗੜੀ ਦੇ ਵਿੱਚ ਮੌਜੂਦ ਸਨ ਅਤੇ ਬਾਹਰ ਹੰਕਾਰੀਆਂ ਹੋਈਆਂ ਫੌਜਾਂ 10 ਲੱਖ ਦੀ ਗਿਣਤੀ ਦੇ ਵਿੱਚ ਸਨ, ਪਰ ਗੁਰੂ ਸਾਹਿਬਾਨ ਅਤੇ ਉਸਦੇ ਸੂਰਬੀਰ ਬਹਾਦਰ ਯੋਧਿਆਂ ਅਤੇ ਸਪੁੱਤਰਾਂ ਨੇ ਉਹ ਇਤਿਹਾਸ ਸਿਰਜਿਆ ਜਿਸ ਨੂੰ ਸੁਣ ਕੇ ਪੜ੍ਹ ਕੇ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਤਾਕਤਾਂ ਦੰਗ ਰਹਿ ਜਾਂਦੀਆਂ ਨੇ। ਸਾਨੂੰ ਵੀ ਉਸੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਦਾ ਆਸਰਾ ਹੈ, ਜਿਹੜੇ ਲੋਕ ਹਕੂਮਤ ਦੀ ਜੰਗੀ ਸ਼ਕਤੀ ਤਹਿਤ ਇਹ ਸੋਚਦੇ ਨੇ ਕਿ ਸਿੰਘ ਡਰ ਜਾਣਗੇ ਜਾਂ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦੇਣਗੇ, ਉਹਨਾਂ ਨੂੰ ਐਸੇ ਲੋਹੇ ਦੇ ਚਣੇ 'ਚ ਮਾਵਾਂਗੇ ਕਿ ਯਾਦ ਰੱਖਣਗੇ। ਅਜਿਹੇ ਵੀਰ ਅਸੀਂ ਬਚਨ ਸੁਣ ਕੇ ਜਨਰਲ ਸੁਵੇਗ ਸਿੰਘ ਨੇ ਗੱਜ ਕੇ ਜਕਾਰਾ ਬੁਲਾਇਆ ਜਿਸ ਦੀਆਂ ਪੂਰੇ ਵਾਤਾਵਰਨ ਦੇ ਵਿੱਚ ਗੂੰਜਾਂ ਪੈ ਗਈਆਂ। ਸੰਤਾਂ ਨੇ ਭਾਈ ਅਮਰੀਕ ਸਿੰਘ ਜੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪ੍ਰਧਾਨ ਜੀ, ਤੁਹਾਡਾ ਕੀ ਖਿਆਲ ਹੈ? ਭਾਈ ਅਮਰੀਕ ਸਿੰਘ ਪਹਿਲਾਂ ਹੀ ਬੜੀ ਗੰਭੀਰਤਾ ਦੇ ਨਾਲ ਸੰਤਾਂ ਦੇ ਵਿਚਾਰ ਸੁਣ ਰਹੇ ਸੀ ਅਤੇ ਨਾਲੋ ਨਾਲ ਸਾਹਮਣੇ ਬੈਠੇ ਸਿੰਘਾਂ ਦੇ ਜਾਹੋ ਜਲਾਲ ਨੂੰ ਵੀ ਦੇਖ ਰਹੇ ਸੀ। ਉਹਨਾਂ ਨੇ ਕਿਹਾ ਕਿ ਮਹਾਂਪੁਰਖੋ, ਸਭ ਸਿੰਘ ਥਾਓ ਥਾਈ ਬਹੁਤ ਚੜ੍ਹਦੀ ਕਲਾ ਦੇ ਵਿੱਚ ਨੇ। ਮੈਨੂੰ ਉਮੀਦ ਹੈ ਕਿ ਸਾਰੇ ਸਿੰਘ ਪੁਰਾਤਨ ਸੂਰਬੀਰ ਸਿੰਘਾਂ ਦਾ ਇਤਿਹਾਸ ਮੁੜ ਕੇ ਦੁਹਰਾਉਣਗੇ। ਇਸ ਦੇ ਨਾਲ ਹੀ ਫੈਡਰੇਸ਼ਨ ਦੇ ਸਿੰਘਾਂ ਵੱਲ ਸੰਬੋਧਨ ਹੋ ਕੇ ਭਾਈ ਸਾਹਿਬ ਨੇ ਕਿਹਾ ਕਿ ਹੁਣ ਸਮੇਂ ਦੀ ਬੰਗਾਲ ਮੁਤਾਬਕ ਗੁਰੂ ਸਾਹਿਬ ਦਾ ਹੁਕਮ ਚੜ੍ਹਦੀ ਕਲਾ ਦੇ ਨਾਲ ਨਿਭਾਉਣਾ ਹੈ। ਅਗਾਹਾਂ ਕੁਤਰਾਂਗ ਪਿੱਛੇ ਫਿਰ ਨਾ ਮੁੜੜਾ। ਭਾਈ ਅਮਰੀਕ ਸਿੰਘ ਦੇ ਇਹਨਾਂ ਵਿਚਾਰਾਂ ਨਾਲ ਹੀ ਫੈਡਰੇਸ਼ਨ ਦੇ ਸਿੰਘਾਂ ਨੇ ਵੀ ਬੁਲੰਦ ਆਵਾਜ਼ ਦੇ ਵਿੱਚ ਜੈਕਾਰਾ ਗਜਾਇਆ। ਸਮੇਂ ਭਾਈ ਹਰਮਿੰਦਰ ਸਿੰਘ ਸੰਧੂ, ਭਾਈ ਰਜਿੰਦਰ ਸਿੰਘ ਮਹਿਤਾ ਅਤੇ ਹੋਰ ਵੀ ਕਾਫੀ ਸਿੰਘ ਉੱਥੇ ਮੌਜੂਦ ਸਨ। ਇਸੇ ਤਰ੍ਹਾਂ ਹਜ਼ੂਰ ਸਾਹਿਬ ਤੋਂ ਬਾਬਾ ਸ਼ੀਸ਼ਾ ਸਿੰਘ ਜੀ ਦੇ ਜਥੇ ਵਾਲੇ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਦੇ ਜਥੇਦਾਰ ਫੌਜੀ ਭਾਈ ਗੁਰਮੇਲ ਸਿੰਘ ਨੂੰ ਸੰਤਾਂ ਨੇ ਪੁੱਛਿਆ ਕਿ ਤੁਸੀਂ ਸੁਣਾਓ ਤੁਹਾਡੇ ਨਾਲ ਦੇ ਸਾਰੇ ਸਿੰਘਾਂ ਦਾ ਕੀ ਖਿਆਲ ਹੈ? ਤਾਂ ਭਾਈ ਗੁਰਮੇਲ ਸਿੰਘ ਨੇ ਬੜੀ ਨਿਮਰਤਾ ਅਤੇ ਗੰਭੀਰਤਾ ਸਹਿਤ ਬੇਨਤੀ ਕੀਤੀ ਕਿ ਅਸੀਂ ਲਗਭਗ
ਭਗਤ ਸੈਂਤੀ ਸਿੰਘਾਂ ਨੇ ਸ਼੍ਰੀ ਹਜ਼ੂਰ ਸਾਹਿਬ ਤੋਂ ਚੱਲਣ ਵੇਲੇ ਹੀ ਅਰਦਾਸਾ ਸੋਹ ਦਿੱਤਾ ਸੀ ਕਿ ਅਸੀਂ ਧਰਮ ਦੀ ਖਾਤਰ ਆਪਾਂ ਕੁਰਬਾਨ ਕਰਨ ਦੇ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਹਾਂ। ਪਿਛਲੇ ਕੁਛ ਸਮੇਂ ਤੋਂ ਆਪ ਜੀ ਦੀ ਸੰਗਤ ਵਿੱਚ ਰਹਿੰਦਿਆਂ ਹੋਰ ਵੀ ਚੜ੍ਹਦੀ ਕਲਾ ਨਾਲ ਸ਼ਹੀਦੀਆਂ ਪਾਉਣ ਦਾ ਚਾਅ ਮਨਾਂ ਦੇ ਵਿੱਚ ਪ੍ਰਫੁੱਲਿਤ ਹੋਇਆ ਹੈ। ਹੁਣ ਤਾਂ ਇਹੀ ਤਮੰਨਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਆਪਣੇ ਬਿਰਧ ਦੀ ਲਾਜ ਰੱਖ ਲੈਣ, ਕਿਉਂਕਿ ਰਣ ਦੇਖ ਸੂਰੇ ਚਿਤੋਲਾਸ ਦੇ ਮੁਤਾਬਕ ਸਭ ਸਿੰਘਾਂ ਦੇ ਮਨਾਂ ਦੇ ਵਿੱਚ ਜੋਸ਼ ਉਬਾਲੀ ਖਾ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਉੱਪਰ ਗੋਲੀਆਂ ਚਲਾਉਣ ਵਾਲੇ ਭਾਰਤੀ ਫੌਜ ਦੇ ਹੰਕਾਰੀ ਦਲਾਂ ਨਾਲ ਕਦੋਂ ਦੋ ਦੋ ਹੱਥ ਹੋਣ। ਫਿਰ ਤੁਸੀਂ ਦੇਖੋਗੇ ਕਿ ਇਹ ਸਿੰਘ ਕੇਵਲ ਟੋਕਰੀਆਂ ਢੋਣ ਵਾਲੇ ਹੀ ਨਹੀਂ ਬਲਕਿ ਰਣ ਤੱਤੇ ਦੇ ਵਿੱਚ ਦੁਸ਼ਮਣਾਂ ਦੇ ਆਹੂ ਵੀ ਲਾ ਸਕਦੇ ਨੇ। ਇਸ ਦੇ ਨਾਲ ਹੀ ਬਾਕੀ ਦੇ ਕਾਰ ਸੇਵਾ ਵਾਲੇ ਸਿੰਘਾਂ ਨੇ ਜੈਕਾਰੇ ਛੱਡੇ ਅਤੇ ਭਾਈ ਗੁਰਮੇਲ ਸਿੰਘ ਦੀ ਭਾਵਨਾ ਉੱਪਰ ਮੋਹ ਲਗਾਈ। ਅਜਿਹੇ ਵਾਤਾਵਰਣ ਦੇ ਵਿੱਚ ਇਕੱਲੇ ਇਕੱਲੇ ਸਿੰਘ ਦੇ ਚਿਹਰੇ ਤੋਂ ਉੱਭਰ ਰਹੀਆਂ ਭਾਵਨਾਵਾਂ ਪੜ੍ਹੀਆਂ ਜਾ ਸਕਦੀਆਂ ਸਨ। ਸੰਤਾਂ ਨੇ ਫਿਰ ਇੱਕ ਵਾਰ ਸਭ ਸਿੰਘਾਂ ਦੇ ਚਿਹਰਿਆਂ ਉੱਪਰ ਦੀ ਡੂੰਘੀ ਨਜ਼ਰ ਘੁਮਾਈ ਅਤੇ ਕਿਹਾ ਕਿ ਮੈਨੂੰ ਇਹੀ ਉਮੀਦ ਹੈ ਜੋ ਤੁਸੀਂ ਖਿਆਲ ਪ੍ਰਗਟ ਕੀਤੇ ਨੇ। ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਕਿਰਪਾ ਕਰਨਗੇ। ਅਖੀਰ ਦੇ ਵਿੱਚ ਫਿਰ ਜਨਰਲ ਸੁਵੇਗ ਸਿੰਘ ਨੂੰ ਸੰਬੋਧਨ ਹੋ ਕੇ ਕਿਹਾ ਕਿ ਸਮਾਂ ਬਹੁਤ ਹੋ ਚੁੱਕਾ ਹੈ, ਤੁਸੀਂ ਬਹੁਤ ਸਾਰੇ ਕਾਰਜ ਕਰਨੇ ਨੇ, ਇਸ ਲਈ ਆਪੋ ਆਪਣੀਆਂ ਡਿਊਟੀਆਂ ਸੰਭਾਲੋ, ਬਾਕੀ ਦੇ ਵਿਚਾਰ ਕੱਲ੍ਹ ਨੂੰ ਸਾਰੇ ਸਿੰਘਾਂ ਨੂੰ ਸਦਕੇ ਸਾਂਝੇ ਕਰਨਗੇ। ਆਓ ਹੁਣ ਜਾਣ ਤੋਂ ਪਹਿਲਾਂ ਸਾਰੇ ਗੱਜ ਕੇ ਇਹ ਧਾਰਨਾ ਪਰੋ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਸੰਤਾਂ ਨੇ ਇਹ ਧਾਰਨਾ ਪੜ੍ਹੀ ਅਤੇ ਪਿੱਛੇ ਸਭ ਸਿੰਘਾਂ ਨੇ ਬੁਲੰਦ ਆਵਾਜ਼ ਦੇ ਵਿੱਚ ਇਹੀ ਧਾਰਨਾ ਦੁਹਰਾਈ। ਇਸ ਤਰ੍ਹਾਂ ਚੜ੍ਹਦੀ ਕਲਾ ਦੇ ਸ਼ਬਦ ਪੜ੍ਹਦੇ ਗੁਣਗੁਣਾਉਂਦੇ ਸਿੰਘ ਆਪੋ ਆਪਣੀਆਂ ਡਿਊਟੀਆਂ 'ਤੇ ਚਲੇ ਗਏ ਅਤੇ ਬਾਕੀ ਦੋ ਜਿਨ ਦਾ ਇਤਿਹਾਸ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।